अस्सलाम वालेकुम जी, आज साढ़े को मेहमान आ रहे हैं, है वो चढ़ते पंजाब दे दुनिया जान दी बड़े वड्डे व्लागर हैं, ते पंजा दसा मिनटा तक उन्होंने पहुँच जाना, असी तुहाडी मुलाकात कराने हैं। नाओ मैं ता नहीं दसदा पहला भी तुहानू असी सरप्राइज देवांगे, ते बस अल्लाह ख्याल रखे। पंजा दसा तुसी वेखदे पए आ भी अज मैं फिर झाड़ू झूड़ू मारिया ते नाता धोता बैठा, मैं उन्हां दी अडीक च बैठा, बस वो पहुँचण वाले आ, फिर तुहाडी मुलाकात कराने आ, तुहानू सरप्राइज दिंदे। हाँ जी बाई जी, सत श्री अकाल, किवें हो? क्या बात है यार, दिल खुश हो गया। हाँ जी, दिल खुश हो गया। हाँ जी, इधर आ जाओ। खुशी इधर आ जाओ। हाँ जी, खुले पाँगा बनाई अगे 12 दरी ते 16 दरी सी जी, थोड़े ठंडी दरी है। घूमो फिरो अपना काम करो। टेक्नोलॉजी बहुत अगे है, ਇੰਡੀਆ ਦੇ ਡਾਕਟਰ ਬਹੁਤ ਅੱਗੇ ਆ। ਹਾਂ, ਆਈਟੀ ਵਿੱਚ ਵੀ ਇੰਡੀਆ ਬਹੁਤ ਅੱਗੇ ਆ। ਆਪਾਂ ਸਿਰਫ ਗੱਲਾਂ ਚ ਅੱਗੇ ਆ। ਚਲੋ ਹੱਸਦੇ ਆ, ਸਹੀ ਗੱਲ ਆ, ਆਪਾਂ ਸਿਰਫ ਗੱਲਾਂ ਚ ਅੱਗੇ ਆ। ਸਾਡੀ ਇੰਡੀਆ ਨਾਲ ਦੁਸ਼ਮਣੀ ਆ ਬਸ, ਆ ਗੱਲਾਂ ਚ ਅੱਗੇ ਹੋਣਾ ਜ਼ਰੂਰੀ ਆ। ਬਸ ਆ ਸਾਡੇ ਦਿਮਾਗ ਫਿੱਟ ਹੋਈ ਆ ਗੱਲ, ਕਿਉਂਕਿ ਸਾਡੇ ਗੱਲ ਨਹੀਂ ਟਿਕਣ। ਦੁਸ਼ਮਣ ਨਾਲੋਂ ਬੰਦਾ ਕੋਈ ਕੰਮ ਕਰਕੇ ਵੀ ਚੰਗਾ ਦਿਖਾਈ ਦਿੰਦਾ। ਇੰਟਰਨੈਟ ਵਗੈਰਾ ਜਿਵੇਂ ਕਨੈਕਸ਼ਨ ਵਗੈਰਾ ਜਿਵੇਂ ਤੁਹਾਡੇ ਕਈ ਸਮੇਂ ਦੇਖਿਆ ਰਹੀਆਂ 5G ਆਰਾਮ ਨਾਲ ਚੱਲੀ ਪਿੰਡ ਬਾਈ ਨੂੰ। ਹੁਣ ਜਦੋਂ ਤੁਹਾਡੇ 5G ਚੱਲਦਾ? 5G ਚੱਲਦਾ ਸਾਡੇ ਕੀ ਹਿਸਾਬ ਕਿਤਾਬ ਆ। ਅਸੀਂ ਫਰਕ ਕੱਢ ਰਹੇ ਜੀ ਬਿਲਾਂ ਦਾ, ਵੀ ਉਧਰ ਬਿੱਲ ਕਿੰਨੇ ਕ ਬੰਦਿਆਂ ਨੂੰ ਆਉਂਦੇ ਆ ਤੇ ਇਧਰ ਕਿੰਨੇ ਕ ਨੂੰ ਆਉਂਦੇ ਆ। ਉਧਰ ਵੇਖ ਲੋ 500 ਯੂਨਿਟ ਆਉਂਦੇ ਫ੍ਰੀ ਆ, ਉਧਰ ਅਸੀਂ ਗੱਲ ਸੁਣੀ ਅਸੀਂ ਉਂਝ ਚੁੱਪ ਕਰ ਗਏ। 500 ਉਹਨਾਂ ਦਾ ਉਂਝ ਫ੍ਰੀ ਸਭ ਨੂੰ ਹੈ। ਪਿਛਲੇ ਇੱਕ ਸਾਲ ਤੋਂ ਏਦਾਂ ਹੀ ਆ ਵੀ ਇਹਨੇ ਬਿੱਲ ਆਉਂਦੇ ਵੀ ਹਰ ਮਹੀਨੇ ਬਾਅਦ ਬਿਜਲੀ ਦੇ ਬਿੱਲ ਘਟਾ ਬਣਿਆ ਜਾਂਦਾ। ਹੁਣ ਇੰਨੀ ਕੁ ਮਿਹਰਬਾਨੀ ਕੀਤੀ ਹੈ ਸਰਕਾਰ ਨੇ ਵੀ ਬਿੱਲ ਊਂ ਘਟਾ ਤੇ, ਨਹੀਂ ਸਮਝੇ ਸਾਡੇ ਤਾਂ ਬਿੱਲ ਉਹ ਤਾਂ ਬਹੁਤ ਮਹਿੰਗਾ ਉਹ ਜਿਹੜਾ ਖੇਤੀ ਵਾਲਾ ਬਿੱਲ ਰੁਪਏ ਯੂਨਿਟ ਸਾਡੇ, ਮੈਨੂੰ ਐ ਲੱਗਦਾ ਤੁਸੀਂ 2002-3 ਤੋਂ ਫ੍ਰੀ ਹੈ। 2002-3 ਤੋਂ ਉਦੋਂ ਤੋਂ ਫ੍ਰੀ ਹੈ ਤੇ ਖਾਦ ਦਾ ਵੀ ਭਾਜੀ ਰੇਟ ਦੱਸਿਓ ਜਰਾ ਸਾਡੇ ਆ ਤੇ ਉਹ ਸੁਣਨੇ ਬੰਦੇ ਖਾਦ ਤਾਂ ਨਹੀਂ ਉਹ ਵੀ ਪਰੇਸ਼ਾਨੀ ਖਰਚੀ ਹੋ ਜਾਂਦੇ। 270 ਰੁਪਏ ਹਾਂ, 270 ਰੁਪਏ ਇਹਨਾਂ ਦੇ ਯੂਰੀਆ ਤੇ ਸਾਡੇ ਇੱਥੇ ਸਰਕਾਰੀ ਰੇਟ ਆ 3500 ਤੇ 5500 ਦੇ ਕੇ ਵੀ ਸਾਨੂੰ ਦਿੰਦਾ ਕੋਈ ਨੀ। ਹਾਂਜੀ, ਉਹ ਫਿਰ ਬਲੈਕ ਚ ਲੱਭਦੀ ਬੁਕਿੰਗ ਕਰਾਣੀ ਪੈਂਦੀ ਹੈ 5500 ਦੇ ਕੇ। 5500 ਚ ਵੀ ਦੇ ਕੇ ਕਹਿੰਦੇ ਗਾਹ ਨਾ ਦੱਸੀ। ਅੱਛਾ, ਮੈਂ ਕਹਿੰਦਾ ਬੁਕਿੰਗ ਕਰਾਣੀ ਪੈਂਦੀ ਹੈ 5500 ਗਾਹ ਦੱਸੀ ਨਾ ਵੀ ਲੱਭ ਗਈ ਤੇ 70% ਸਾਡੀ ਐਗਰੀਕਲਚਰ ਹੈ ਜੀ ਇਸ ਮੁਲਕ ਦੇ ਵਿੱਚ।
ਤੇ ਹਾਲਾਤ ਆ ਬਣ ਰਹੇ ਤੇ ਮੱਕੀ ਹੈ ਜਿਹੜੀ ਉਹ ਦੇਖ ਲਓ ਕੀ ਹੋ ਰਿਹਾ ਉਹਦੇ ਨਾਲ ਮੱਕੀ ਤੇ ਤਾਂ ਕੰਨ ਫੜਾਤੇ ਨਾ ਬੰਦੇ ਪਿੱਛੇ ਬੈਠਾ 100 ਕਿੱਲਾ ਮੱਕੀ ਉਹਦੀ ਉਹ ਦੱਸਦਾ ਉਹਨੇ ਠੇਕੇ ਤੇ ਵੀ ਲਈ ਜ਼ਮੀਨ ਉਹ ਕਹਿੰਦਾ ਵੀ ਜੇ ਠੇਕਾ ਵਿੱਚ ਪਾਵਾਂ ਤੇ 1 ਲੱਖ ਰੁਪਇਆ ਖਰਚਾ ਮੱਕੀ ਦਾ ਕਿੱਲੇ ਦਾ ਮੈਂ ਤਾਂ ਆਪਣੀ ਕਰਕੇ ਦੱਸਿਆ ਸੀ ਨਾ ਜ਼ਮੀਨ ਉਹ ਠੇਕੇ ਵਾਲੀ ਦੱਸਦਾ ਵੀ 1 ਲੱਖ ਰੁਪਇਆ ਪੈਂਦਾ ਕਿੱਲੇ ਦਾ ਪਹਿਲਾਂ ਕੋਸ਼ਿਸ਼ ਕੀਤੀ ਆ ਚਲੋ ਏਦਾਂ ਜੇ ਰੇਟ ਘੱਟ ਗਿਆ ਸੈਲਜ ਵਾਲਿਆਂ ਨੂੰ ਵੇਚ ਲਈਏ ਮਾਲ ਡੰਗਰ ਵਾਲੇ ਲੈ ਜਾਂਦੇ ਮੱਕੀ ਵਾਲੇ ਸੈਲਜ ਵਾਲੇ ਜਿਹੜੇ 65-70 ਹਜ਼ਾਰ ਉੱਤੇ ਨਹੀਂ ਗਿਆ ਕੋਈ ਸਸਤੀ ਕਰਾਈ ਕੌਂਸਲਰ ਦੇ ਆਖਿਆ ਇੱਥੇ ਵਜ਼ੀਰੇ ਆਲਾ ਦੀ ਕਿਸੇ ਨੇ ਨਹੀਂ ਸੁਣੀ ਮੇਰੀ ਸੁਣਦਾ ਕੋਈ ਆ ਕੌਂਸਲਰ ਦਾ ਲੜਾ ਲਾ ਲੈ ਤੇ ਹੁਣ ਝੋਟੀਆਂ ਰੱਖਣ ਲੱਗਾ ਪੁਜਾਤ ਝੋਟੀਆਂ ਜਿੱਦਾਂ ਵਕਾਰ ਭਿੰਡਰ ਕਰਦਾ ਏਦਾਂ ਲੱਗਾ ਕਰ ਅੱਛਾ ਵਕਾਰ ਭਿੰਡਰ ਸਲਾਮ ਹੋਵੇ ਜੀ ਸਾਡਾ ਭਰਾ ਜਿੰਦਾਬਾਦ ਖੁਰਲੀ ਤੂੰ ਬਹੁਤ ਨਿੱਕੀ ਬਣਾਈ ਮੈਂ ਦੱਸਿਆ ਵੀ ਮੱਝਾਂ ਹੁੰਦੀਆਂ ਨੀਵਾਂ ਚਰਦੀਆਂ ਨੀਵਾਂ ਖਾਂਦੀਆਂ ਮੱਝਾਂ ਹਾਂਜੀ ਸਾਡੇ ਇੱਥੇ 16 ਮਿੰਟ ਆ ਕਿਲੇ ਨੂੰ ਤੇ 16 ਮਿੰਟ ਸਾਡੇ ਪੈਂਪਰ ਕੱਢਦੇ ਲੰਘ ਜਾਂਦੇ ਆ ਖਾਲਿਆਂ ਜੋ ਜਾਣਦਾ ਪੈਂਪਰ ਖਾਲਿਆਂ ਦੇ ਵਿੱਚ ਸਾਡੇ ਇੱਕ ਗੱਲ ਐ ਮੈਂ ਤੁਹਾਨੂੰ ਦੱਸ ਦਿੰਦਾ ਹੁਣ ਵੀ ਜਿੰਨੇ ਆ ਸਾਡੇ ਖਾਲ ਖੂਲ ਬੰਦ ਹੋ ਗਿਆ ਸਿਸਟਮ ਸਾਡੇ ਪਾਈਪ ਲਾਈਨਾਂ ਪੈ ਗਈਆਂ ਅੱਛਾ ਮਤਲਬ ਨਹਿਰਾਂ ਨਾ ਜਿਹੜਾ ਪਹਿਲਾਂ ਅੱਗੇ ਹੁੰਦਾ ਸੀ ਖਾਲ ਕਢੋ ਐ ਕਰੋ ਪੱਕੇ ਪਹਿਲਾਂ ਤਾਂ ਸਰਕਾਰ ਨੇ ਖਾਲ ਸੀਗੇ ਨਹਿਰੀ ਮਹਿਕਮੇ ਨੇ ਖਾਲ ਬਣਾਏ ਖਾਲ ਤੋਂ ਬਾਅਦ ਫਿਰ ਸਾਡੇ ਉਹ ਪੱਕੇ ਖਾਲ ਬਣੇ ਪੱਕੇ ਖਾਲ ਦਾ ਵੀ ਪੰਗਾ ਰਹਿੰਦਾ ਸੀ ਵੀ ਪਹਿਲਾਂ ਵੀ ਪੱਕੇ ਖਾਲ ਕੱਢਣ ਜਾਓ ਬੇਨਤੀ ਬੋਲਦੇ ਵੀ ਫਲਾਣਾ ਖਾਲ ਕੱਢਣ ਆ ਜਾਓ ਹੁਣ ਸਰਕਾਰ ਨੇ ਜਬ ਵੀ ਮੰਗਾ ਤਾ ਪਾਈਪ ਲਾਈਨ ਪਾਤੀ ਅੰਡਰਗਰਾਊਂਡ ਅਗਲੇ ਦਿਨ ਅਸੀਂ ਇੱਥੇ ਨਾ ਪਾਣੀ ਬੰਨ ਕੇ ਲਿਆਂਦਾ ਘਰ ਤੋਂ ਮੋਗੇ ਦੇ ਵਿੱਚ ਨਾ ਕਿਸੇ ਦਾ ਵਿੱਚ ਫਸ ਗਿਆ ਕਿਸੇ ਦਾ ਮਰਿਆ ਨਾ ਉਹਨਾਂ ਨੇ ਸਿੱਟ ਤਾਂ ਨਹਿਰ ਉਹ ਆ ਕੇ ਨਾ ਸਾਡੀ ਵਾਰੀ ਤੇ ਮੋਗੇ ਚ ਫਸ ਗਿਆ ਪਹਿਲਾਂ ਅਸੀਂ ਸਮਝਦੇ ਰਹੇ ਕੋਈ ਨਹਿਰ ਉਤਰ ਗਈ ਕਿ ਏਦਾਂ ਕਰਦੇ ਕਰਾਂਦੇ ਜਦੋਂ ਉੱਥੇ ਪਹੁੰਚੇ ਆ ਕੱਟਾ ਕੱਢਿਆ ਸਾਡਾ ਟਾਈਮ ਹੋ ਗਿਆ ਨਹੀਂ ਬੰਦੇ ਨੂੰ ਦੇਖ ਕਿੱਡੇ ਬੇਸ਼ਰਮ ਡੰਗਰ ਮਾਰਦਾ ਉਹ ਵੀ ਵਿੱਚ ਜਿਨ੍ਹਾਂ ਦਾ ਉੱਥੇ ਲਾਗੇ ਲਾਗੇ ਪਿੰਡ ਆ ਉਹ ਕੂੜਾ ਕਬਾੜ ਲਿਆ ਕੇ ਨਹਿਰ ਦੇ ਵਿੱਚ ਚੱਲਦਾ ਪਾਣੀ ਨਾ ਸਾਰੇ ਕਹਿੰਦੇ ਪਾਕ ਹੁੰਦਾ ਚੱਲਦੇ ਪਾਣੀ ਦੀ ਬੜੇ ਆਦਾ ਬਿਹਤਰਾਮ ਹੁੰਦਾ ਤੇ ਹੁਣ ਜਿਹੜੀ ਸ਼ਾ ਲੱਭਦੀ ਉਹ ਪਾਣੀ ਦੇ ਵਿੱਚ ਮੈਂ ਉਹੀ ਦੱਸਦਾ ਇਹਨਾਂ ਨੂੰ ਸਾਡੇ ਕੀ ਹੁੰਦਾ ਜਦੋਂ ਅਸੀਂ ਗੱਡੀ ਚੋਂ ਆ ਰਹੇ ਹਾਂ ਤੁਸੀਂ ਕਹਿੰਦੇ ਵੀ ਇੰਨਾ ਟਾਈਮ ਕਿਵੇਂ ਲੱਗ ਗਿਆ ਤੁਹਾਨੂੰ ਜਦੋਂ 9 ਵਜੇ ਤੁਰੇ ਸੀ ਮੈਂ ਤਾਂ ਜਿੱਥੇ ਕਿਤੇ ਦੇਖਦਾ ਜਦੇ ਰੋਕ ਕੇ ਥੱਲੇ ਉਤਰੋ ਆਹ ਦੇਖਣਾ ਥੱਲੇ ਉਤਰੋ ਆਹ ਦੇਖਣਾ ਪਤਾ ਕੀ ਆ ਹੁਣ ਉਹ ਚੀਜ਼ਾਂ ਮੈਂ ਬਚਪਨ ਚ ਦੇਖੀਆਂ ਹੋਈਆਂ ਆਪਦੇ ਨਿਆਣੇ ਹੁੰਦੇ 10-11 ਸਾਲ 10 ਸਾਲ ਦਾ ਸੀ ਮੈਂ ਜਦੋਂ ਦੇਖੀਆਂ ਮਤਲਬ ਉਹ ਚੀਜ਼ਾਂ ਗਾਇਬ ਹੋ ਗਈਆਂ ਸਾਡੇ ਸਾਰੀਆਂ ਉਹ ਹੁਣ ਦੇਖਣ ਨੂੰ ਦੁਬਾਰਾ ਜਦੋਂ ਇੱਕਦਮ ਇੰਨੇ ਸਾਲਾਂ ਬਾਅਦ ਤੁਸੀਂ ਲਾ ਲਓ 20-30 ਸਾਲ ਦੀ ਉਮਰ ਹੋ ਗਈ ਮੇਰੀ 20 ਸਾਲ ਬਾਅਦ ਮੈਂ ਦੇਖਦਾ ਤੇ ਮੈਨੂੰ ਐਂ ਲੱਗਦਾ ਯਾਰ ਵੀ ਆਹ ਇੱਥੇ ਪਏ ਆਹ ਦੇਖੀਏ ਹਨਾ ਉਹ ਮਤਲਬ ਨਾਲ ਡੇਰਾ ਗੇਰ ਲੱਗਾ ਉੱਥੇ ਤੇ ਉਹ ਪੱਠੇ ਏਦਾਂ ਕੋਈ ਬਿਜਲੀ ਹੈ ਨੀ ਉੱਥੇ ਬਿਜਲੀ ਉਹਨਾਂ ਦੇ ਡੇਰੇ ਤੇ ਬਿਜਲੀ ਟ੍ਰਾਂਸਫਾਰਮਰ ਲੱਗਾ ਉਹਨਾਂ ਬਿਜਲੀ ਲਵਾਈ ਨੀ ਚੰਗਾ ਕੀਤਾ ਸਾਰਾ ਕੁਝ ਚੰਗਾ ਕੀਤਾ ਨਹੀਂ ਐਡਾ ਬਿਜਲੀ ਲਵਾ ਲੈਂਦੇ ਡੰਗਰ ਕੋਲੀ ਬਚਣਾ ਨੂੰ ਚੱਟਣਾ ਸੀਗਾ ਜਦੋਂ ਡੰਗਰ ਕੋਲੀ ਬਚਣਾ ਡੰਗਰ ਕਿਵੇਂ ਨਹੀਂ ਬਚਣਾ ਟ੍ਰਾਂਸਫਾਰਮਰ ਖਾ ਜਾਂਦਾ ਬਿੱਲ ਭੇਜਦਾ ਏਡੇ ਏਡੇ
ਵਿਕਾਸ ਦੀ ਹਨੇਰੀ ਚ ਬੰਦਾ ਤੁਰਿਆ ਜਾਂਦਾ ਗੱਪਾਂ ਕੂੜ ਕਪਾਲ ਚੱਲਦੇ ਆ ਇੱਕ ਦੂਏ ਨੂੰ ਕਾਰੋਬਾਰ ਦੱਸਦੇ ਆ ਵੀ ਤੂੰ ਗਾਈਆਂ ਰੱਖ ਲਾ ਦੋਸਤ ਹੋਰ ਨੇ ਉਧਰੋਂ ਮੱਟ ਸ਼ੇਰ ਵਾਲਾ ਮੁੰਡਾ ਤੇ ਢਿੱਲੋਂ ਬਠਿੰਡੇ ਵਾਲਾ ਸਤਿ ਸ਼੍ਰੀ ਅਕਾਲ ਮੈਨੂੰ ਦਿਖਾ ਆਪਣੇ ਕੋਈ ਕੁਮਾਰ ਮਰੂਗਾ ਆਪਣੇ ਸਿੰਘ ਨਾਲੇ ਖਾਂ ਹਿੰਦ ਵਾਲੇ ਪਾਕ ਵਾਲੇ ਹੋਏ ਹਰ ਨਰੇ ਨਾ ਉਧਰ ਮੇਰੀ ਨਾਮੇ ਨੂੰ ਇਧਰ ਮੇਰੀ ਮਾਮਾ ਵਾਹ 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 ਕਿਆ ਬਾਤ ਕਿਆ ਬਾਤ ਕਰਨੈਲ ਮੰਗੂਗਾ ਭਲਾ ਸਭ ਦਾ ਤੂੰ ਸਭਨਾ ਦੀ ਖੈਰ ਮੰਗੀ ਤੂੰ ਉੱਥੇ ਮੈਂ ਪੜ੍ਹੀ ਨਵਾਜਾ ਮੈਂ ਪੜ੍ਹ ਲੂੰਗਾ ਬਾਣੀ ਨੂੰ ਮਹਿਫਲਾਂ ਲੱਗੀਆਂ ਮਹਿਫਲਾਂ ਸਹੀ ਗੱਲ ਸਹੀ ਗੱਲ ਤੁਸੀਂ ਹੁਣ ਆਪੇ ਹੀ ਦੱਸਿਆ ਜਾਂ ਜਿਹੜੀ ਬਾਈ ਨਾਸਰ ਗੱਲ ਕਰਦਾ ਉਹ ਸਾਰੀ ਗੱਲ ਦਾ ਮਤਲਬ ਤਾਂ ਇਹੀ ਹੋਇਆ ਨਾ ਵੀ ਅਸੀਂ 30 ਸਾਲ ਪਿੱਛੇ ਜਾ ਰਹੇ ਹਾਂ ਨਹੀਂ ਪਿੱਛੇ ਵਾਲੀ ਗੱਲ ਹੀ ਆ ਸਹੀ ਗੱਲ ਤੇ ਕਿਉਂ ਜਾ ਰਹੇ ਹਾਂ ਬਾਰਡਰ ਆ ਖਲੋਤਾ ਇੰਡੀਆ ਦਾ ਪਰਲੇ ਪਾਸੇ 30 ਸਾਲ ਲੱਗੇ ਆ ਉਰਲੇ ਪਾਸੇ 30 ਸਾਲ ਪਿੱਛੇ ਆ ਇਹ ਗੱਲ ਅੱਗੇ ਬਾਈ ਨਾਸਰ ਕਰਦਾ ਸੀ 30 ਸਾਲ ਪਿੱਛੇ ਅਸੀਂ ਸ਼ੌਕ ਨਾਲ ਨੀ ਹੈਗੇ ਸਾਨੂੰ ਰੱਖਿਆ ਗਿਆ ਜਪਨ ਜੀ ਮੈਂ ਫੈਕਟਸ ਦੀ ਗੱਲ ਕਰਦੇ ਆਪਾਂ ਵੀ ਸਾਨੂੰ ਵੱਡਾ ਕਿਰਦਾਰ ਜਿਹੜਾ ਨਾ ਐਜੂਕੇਸ਼ਨ ਤਰੀਕ ਦਾ ਅਸੀਂ ਜਿਵੇਂ ਤੁਹਾਡੇ ਲੋਕਾਂ ਨੂੰ ਮਿਲਦੇ ਹਾਂ ਤੁਸੀਂ ਤੁਹਾਡੇ ਆਉਂਦੇ ਨੇ ਕਿ ਅਸੀਂ ਉਸ ਪੱਖੋਂ ਬੜੇ ਪਿੱਛੇ ਹਾਂ ਉਸ ਲਿਹਾਜ਼ ਦੇ ਨਾਲ ਤਲੀਮੀ ਲਿਹਾਜ਼ ਦੇ ਨਾਲ ਅਸੀਂ ਬਹੁਤ ਪਿੱਛੇ ਹਾਂ ਸਾਡੇ ਬੱਚਿਆਂ ਕੋਲ ਐਜੂਕੇਸ਼ਨ ਦਾ ਉੱਥੋਂ ਤੱਕ ਨਹੀਂ ਆਇਆ ਸਾਡੇ ਪਲੱਸ ਟੂ ਤੱਕ ਐਜੂਕੇਸ਼ਨ ਫ੍ਰੀ ਬਹੁਤ ਸਾਰੇ ਬੰਦੇ ਪ੍ਰਾਈਵੇਟ ਪੜ੍ਹਾਉਂਦੇ ਆ ਆਪ ਆਪਣੇ ਜਵਾਕਾਂ ਨੂੰ ਭੇਜਦੇ ਆ ਪ੍ਰਾਈਵੇਟ ਸਕੂਲ ਚ ਪਰ ਜੇ ਗਵਰਨਮੈਂਟ ਵੱਲੋਂ ਜਿਹੜੇ ਸਰਕਾਰੀ ਗਵਰਨਮੈਂਟ ਦੇ ਤੌਰ ਤੇ ਸਕੂਲ ਨੇ ਉਹ ਵੀ ਸਾਡੇ ਹੁਣ ਇਹ ਨੀ ਹੈਗਾ ਵੀ ਜਿਵੇਂ ਬਲੈਕ ਬੋਰਡ ਵਾਲੀ ਪੜ੍ਹਾਈ ਨੀ ਸਮਾਰਟ ਸਕੂਲ ਨੇ ਇਹ ਤਾਂ ਸਾਰਾ ਸੁਣਾ ਕੇ ਜਾਊ ਇਹ ਸ਼ਾਇਰਾਂ ਨੂੰ ਮਸਾਂ ਬੰਦੇ ਫਸਦੇ ਤੇਰੀ ਦਾੜ ਥੱਲੇ ਆ ਗਏ ਬਾਈ ਬਟਨ ਤੇ ਆ ਸਾਡੇ ਬਟਨ ਤੇ ਆ ਤੂੰ ਜਦ ਦਿਲ ਕਰੀ ਆ ਤੇ ਮੈਂ ਕਿਹਾ ਵੀ ਤੁਹਾਨੂੰ ਅੱਗੇ ਵਾਲਾ ਅੱਗੇ ਨੂੰ ਚੰਗਾ ਲੱਗੀ ਜਾਂਦਾ ਸਾਨੂੰ ਅਸੀਂ ਉਧਰੋਂ ਇੱਧਰ ਨੂੰ ਦੇਖਣ ਆਉਂਦੇ ਹਾਂ ਪਿੱਛੇ ਨੂੰ ਵੀ ਪਿੱਛੇ ਵਾਲਾ ਚੰਗਾ ਹੈਗਾ ਤੇ ਹਾਂ ਤੇ ਵੀ ਆਹ ਹੁਣ ਦੇਖ ਲਓ ਬਾਹਰ ਪੈਣਾ ਜਿਵੇਂ ਇੱਥੇ ਆਉਣਾ ਤੇ ਆਪਾਂ ਬੈਠੇ ਹਾਂ ਰਜਾਈਆਂ ਚ ਇਹ ਚੀਜ਼ਾਂ ਸਾਡੇ ਹੁਣ ਹੈ ਹੀ ਨਹੀਂ ਮੈਂ ਉਹੀ ਤਾਂ ਮੈਂ ਗੱਲ ਕਰਦਾ ਵੀ ਜੇ ਤਾਂ ਭਾਈ ਨਸ਼ੇ ਪੱਤੇ ਨੂੰ ਤਰੱਕੀ ਕਹਿੰਦੇ ਆ ਹਾਂਜੀ ਤੇ ਉਹੋ ਜਿਹੀ ਤਰੱਕੀ ਤੋਂ ਅਸੀਂ ਐਵੇਂ ਚੰਗੇ ਐਂਡ ਮੰਨ ਲਓ ਉੱਥੇ ਤੱਕ ਲਾ ਲਓ ਜਿਹੜੇ ਡਿਵੈਲਪਡ ਕੰਟਰੀਜ਼ ਆ ਉਹ ਹੋਰ ਅੱਗੇ ਆ ਉੱਥੇ ਤਾਂ ਹੁਣ ਇੱਥੇ ਤੱਕ ਮਤਲਬ ਜਿਹੜੇ ਡਿਵੈਲਪਡ ਕੰਟਰੀਜ਼ ਆ ਗੋਰੇ ਆ ਉਹਨਾਂ ਨੂੰ ਸਿਰਫ ਆਪਦੇ ਤੱਕ ਮਤਲਬ ਹੁੰਦਾ ਮਤਲਬ ਉਹਨਾਂ ਨੂੰ ਆਪਦੇ ਪੁੱਤ ਦੀ ਨਾਲ ਵੀ ਨਹੀਂ ਜੇ ਉਹਨੇ ਕਹਿਤਾ ਯਾਰ ਵੀ ਮੈਂ ਵੀ ਤੂੰ ਮੇਰੇ ਨਾਲ ਵੀ ਪਾਪਾ ਉੱਥੇ ਚੱਲ ਵੜ ਜੇ ਉਹਨੇ ਕਹਿੰਦਾ ਵੀ ਨਹੀਂ ਵੀ ਮੈਂ ਨਹੀਂ ਜਾਂਦਾ ਤੂੰ ਇਕੱਲਾ ਜਾ ਅਗਲਾ ਕਹਿੰਦਾ ਯਾਰ ਵੀ ਇਹ ਮੇਰਾ ਘਰ ਹੈ ਤੂੰ ਇਸ ਤੋਂ ਬਾਹਰ ਨਿਕਲ ਆਪਣੀ ਉਹਨਾਂ ਦੇ ਰਿਸ਼ਤੇ ਨਾਂ ਦੀ ਉਹ ਖਤਮ ਹੋ ਜਾਂਦੀ ਹੈ ਆਪਣੇ ਹੁਣ ਉਹ ਜੂਨ ਕੋਈ ਨਹੀਂ ਹਾਂ ਅਸੀਂ ਅਸੀਂ ਤੁਹਾਡੇ ਹੁਣ ਪਿੰਡਾਂ ਵਾਲੇ ਹਜੇ ਮੋਹ ਮੁਹੱਬਤ ਵਾਲੇ ਰਿਸ਼ਤੇ ਜਾਗਦੇ ਆ ਜਾਗਦੇ ਤੁਹਾਡੇ ਚ ਹਨਾ ਆਲਾ ਦੁਆਲਾ ਅਸੀਂ ਦੇਖਿਆ ਇਹਨੂੰ ਭਾਵੇਂ ਤੁਸੀਂ
पैसे लेके दंदा बंदिया मेरे भी एक बंदा पैसे नहीं दे रहा यार तेन सलामा भाई तेरी जरूरत नु सलामा तू बहुत चंगा काम कर रहा हां जी ਬਾਈ ਸਤਿ ਬਿਸਮਿਲਾ ਆਓ ਸਤਿ ਬਿਸਮਿਲਾ ਆਓ ਪਤਾ ਕੀ ਕਰਦਾ ਬਾਈ ਤੁਸੀਂ ਸੋਚੋ ਆਪਾਂ ਲੋਕ ਜਿਹੜਾ ਆਪਣਾ ਫੋਨ ਆ ਨਾ ਇੱਕ ਹਾਂ ਇੱਕ ਆਪਣਾ ਆਪਣੀ ਧਰਤੀ ਜਿਹੜੀ ਸਭ ਤੋਂ ਜਰਕੇ ਧਰਤੀ ਆ ਜਰਕੇ ਧਰਤੀ ਆ ਹਾਂ ਇਸ ਕਰਕੇ ਯਾਰ ਬਾਈ ਤੁਹਾਡੇ ਜਿਹੜਾ ਆਪਣਾ ਮੋਹ ਆ ਨਾ ਨਹੀਂ ਬਾਈ ਤੁਸੀਂ ਨਹੀਂ ਤੁਸੀਂ ਬਾਈ ਭਾਨੇ ਸਤਿ ਬਿਸਮਿਲਾ ਜਮ ਜਮ ਆਓ ਆ ਮੇਰੇ ਮੂੰਹ ਚੋਂ ਧੂਆਂ ਦੇਖ ਰਹੇ ਨੀ ਕਰ ਰਹੇ ਠੰਡ ਚ ਬੈਠੇ ਅਸੀਂ ਵੀ ਤੁਹਾਡੇ ਭਾਈ ਆ ਆਪਣਾ ਬਾਈ ਭਾਨੇ ਤੇ ਤੁਹਾਡੀਆਂ ਵੀਡੀਓ ਦੇਖੀ ਦੀਆਂ ਬਹੁਤ ਚੰਗੀਆਂ ਲੱਗਦੀਆਂ ਬਹੁਤ ਤੁਸੀਂ ਕਰ ਰਹੇ ਪੁੰਨੇ ਦਾ ਕੰਮ ਕਰ ਰਹੇ ਹਾਂਜੀ ਪੁੰਨੇ ਦਾ ਕੰਮ ਕਰ ਰਹੇ ਤੇ ਚਲੋ ਕਿਸੇ ਦਾ ਆਸਰਾ ਬਣਨਾ ਇਹ ਬੜੀ ਚੰਗੀ ਗੱਲ ਹੁੰਦੀ ਹੈ ਤੇ ਮੇਰਾ ਮੈਨੂੰ ਨਾ ਬੜੀ ਖੁਸ਼ੀ ਹੋਈ ਮੈਂ ਤਾਂ ਸੋਚਿਆ ਵੀ ਨਹੀਂ ਸੀ ਤੁਹਾਡੇ ਨਾਲ ਗੱਲ ਹੋ ਜੂਗੀ ਬਾਈ ਨਾਸਰ ਨੇ ਤੁਹਾਡੇ ਨਾਲ ਗੱਲ ਵੀ ਕਰਾ ਦਿੱਤੀ ਆ ਮੇਰੇ ਬਜ਼ੁਰਗ ਬੈਠੇ ਆ ਸਾਰੇ ਮੇਰੇ ਬਜ਼ੁਰਗ ਬੈਠੇ ਆ ਦੇਖ ਆ ਮੇਰਾ ਬਾਪੂ ਵੀ ਬੈਠਾ ਵੇਖੋ ਚਿੱਟੇ ਸਾਫੇ ਵਾਲਾ ਨਹੀਂ ਨਹੀਂ ਅੱਛਾ ਬਾਈ ਤੂੰ ਲੱਗਦਾ ਵੀ ਮੇਰੇ ਵਰਗਾ ਹੀ ਆ ਮੈਂ ਉੱਤੇ ਹੇਠ ਆਪਣੀ ਤਸਵੀਰ ਆ ਰਹੀ ਆ ਨਾ ਆਪਣੀ ਸ਼ਕਲ ਵੀ ਮਿਲਦੀ ਆ ਹਾਏ ਵਿਛੜੀਆਂ ਰੂਹਾਂ ਮਾਨ ਆ ਕਰੋ ਗੱਲ ਮੈਂ ਉਹ ਕੱਲ ਪਿੰਡ ਚ ਗਏ ਤਾਂ ਹੈਗੇ ਇੱਕ ਵਾਰ ਜਵਾਕ ਮਾਰ ਰਹੇ ਨਿਆਣੇ ਜਿਹੜੇ ਨਾ ਨਿਆਣੇ ਪਾਗਾਂ ਕੋ ਬੰਦਾ ਵੇਖ ਲੈਂਦੇ ਨਾ ਇੱਧਰ ਤੇ ਇਕੱਠੇ ਹੋ ਜਾਂਦੇ ਨੇ ਵੀ ਉਹਨੂੰ ਨਹੀਂ ਲੱਗਦਾ ਜੇ ਜਦੋਂ ਉਹਦੀ ਡੈਥ ਨਹੀਂ ਸੀ ਨਾ ਆਈ ਉਦੋਂ ਜਦੋਂ ਗਾਉਂਦਾ ਜਾਂਦਾ ਵੀ ਉਹ ਸਿੱਧੂ ਆ ਗਿਆ ਸੀ ਉਹਦਾ ਭਰਾ ਆ ਗਿਆ ਹੁਣ ਵੀ ਗਾਣੇ ਸੁਣਾਉਣ ਲੱਗ ਪੈਂਦੇ ਜਦੋਂ ਇਕੱਠੇ ਹੁੰਦੇ ਨਾ ਕੱਲ੍ਹ ਬਾਈ ਨੇ ਵੀਡੀਓ ਪਾਈ ਸੀ ਦੱਸਿਓ ਜਰਾ ਕੱਲ੍ਹ ਬਾਈ ਮੈਂ ਪਿੰਡ 'ਚ ਗਿਆ ਤੇ ਅੱਗੇ ਪਿੱਛੇ ਹੋ ਕੇ ਕਹਿੰਦੇ ਨੇ ਸਿੱਧੂ ਮੂਸੇ ਵਾਲਾ ਮਤਲਬ ਜਿਹੜਾ ਬੰਦਾ ਇਹਨਾਂ ਨੂੰ ਪੱਗ ਵਾਲਾ ਮਿਲਦਾ ਉਹਨੂੰ ਮੂਸੇ ਵਾਲੀ ਕਹਿੰਦੇ ਆ ਹਾਏ 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 ਕੀ ਬਾਤ ਹੈ ਕੀ ਬਾਤ ਬਾਈ ਬਾਈ ਤੁਹਾਡੇ ਲਈ ਕੁਝ ਭੇਜਾਂਗੇ ਬਾਈ ਦੇ ਹੱਥ ਕਬੂਲ ਕਰਿਓ जदो पाकिस्तान आना तुसी मेरे को जरूर आना फिर ठीक है जी रब राखा करो आवाज कढ़ गुरजीत आवाज तो कढ़ियो तुरी गुरचेत ने हसाया तेरिया मिमिक्रिया कर करके ना गुरचेत ने बहुत हसाया नहीं नहीं इथे ही आ लाहौर गया वा ते असि इथे ही आ जे लाहौर गया सब वधिया बंदे नाल गल कर तेरा फैन है मैं भाई बहुत फैन है तेरा अच्छा भाई तुसी क्यों नहीं आए ओदे नाल भाई चेते नाल असि ना सर इधर भाने सिद्धू दा सलवान सी ओ सर भी जी दे टूर्नामेंट
ਅੱਛਾ ਇਹ ਕਿਹਦੀ ਗੱਲ ਕਰਦਾ ਭਲਾ ਪੁੱਛੀ ਕਿਹਦੇ ਨਾਲ ਨਹੀਂ ਆਏ ਬਾਈ ਚਤਰੋਲ ਸਿੰਘ ਕਾਰੀਗਰ ਨਾ ਹੀ ਬੜਾ ਕਸੂਤਾ ਜਿਹਾ ਰੱਖਿਆ ਉਹਦਾ ਨਾ ਨੀ ਇਹਨੂੰ ਆਉਂਦਾ ਆਪਣੇ ਗੁਰਚੇਤ ਦਾ ਤੇ ਉਹਨਾਂ ਦਾ ਚਤਰੋਲ ਸਿੰਘ ਕਾਰੀਗਰ ਬਾਈ ਨੂੰ ਦੱਸ ਵੀ ਇੱਥੇ ਬਾਈ ਇੱਥੇ ਨਾ ਸਾਰੇ ਪਿੰਡਾਂ ਦੇ ਤੈਨੂੰ ਜਾਣਦੇ ਆ ਸਾਰੇ ਤੇਰੀ ਵੀਡੀਓ ਦੇਖਦੇ ਆ ਤੈਨੂੰ ਬੜਾ ਪਿਆਰ ਕਰਦੇ ਇੱਥੇ ਬਹੁਤ ਮਾਣ ਵਾਲੀ ਗੱਲ ਆ ਬਾਕੀ ਅਸੀਂ ਵੀ ਇੱਧਰ ਦੇ ਆ 32 ਟੱਕ ਤੋਂ ਕਾੜੇ ਅੱਛਾ ਅੱਛਾ ਲਾਗੇ ਮੇਰੇ ਜ਼ਿਲ੍ਹੇ ਦਾ ਉਹ ਤੇਰੇ ਜ਼ਿਲ੍ਹੇ ਦਾ ਬੈਠਾ ਕਾੜੇ ਵਾਲਾ ਭਾਈ ਕਾੜੇ ਦਾ ਬੈਠਾ ਸਮੀ ਲਾਗੇ ਜੇ ਭਾਈ ਲਾਗੇ ਪਿੰਡ ਦਾ ਹਾਂ ਲਾਗੇ ਵਧੀਆ ਵਧੀਆ ਠੀਕ ਠਾਕ ਉਹ ਦਿਖਾ ਨਾ ਮੜ ਜਾ ਸਮੀ 32 ਹੈ ਲੈ ਭਾਈ ਪਤਾ ਲੱਗ ਜੂਗਾ ਵੀ ਤੁਹਾਨੂੰ ਲੋਕ ਕਿੰਨਾ ਪਿਆਰ ਕਰਦੇ ਇੱਥੇ ਇਹਨੇ ਨਾਲੇ ਨਾ ਭਾਜੀ ਨਾਲੇ ਨੇ ਆਈਫੋਨ ਨਵਾਂ ਲਿਆ ਵੇਖਿਓ ਆਈਫੋਨ ਕੱਲਾ ਹੀ ਚੱਲਦਾ ਫੁੱਲ ਸਾਇਜ਼ ਲਿਆ ਬਾਈ ਤੇਰੇ ਭਰਾ ਨੇ ਫੁੱਲ ਸਾਇਜ਼ ਆ ਗੱਲ ਨੂੰ ਮੇਰੇ ਬੜਾ ਹਾਸਾ ਆਉਂਦਾ ਬਾਈ ਜਿੱਥੇ ਜਾਇਆ ਕਰੂੰ ਬਾਈ ਆਈਫੋਨ ਲੈਣਾ ਫੁੱਲ ਸਾਇਜ਼ ਦੇ ਦੇ ਅੱਛਾ ਬਾਈ ਤੇਰੀ ਬਾਈ ਵੀਡੀਓ ਸਿੱਧੂ ਮੂਸੇ ਵਾਲੇ ਨਾਲ ਵੀ ਬੜੀਆਂ ਦੇਖੀਆਂ ਯਾਰ ਹਾਂ ਤਸਵੀਰ ਲੱਗੀ ਹਾਂ ਤੁਸੀਂ ਪਾਸਪੋਰਟ ਵੀ ਬਾਅਦ ਚ ਭੇਜਿਆ ਆਪਣੇ ਵੋਇਸ ਮੈਸੇਜ ਮੈਂ ਸੇਵ ਕਰਕੇ ਰੱਖੇ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਬਾਅਦ ਚ ਬਸ ਮੌਕਾ ਸਾਹਿਬ ਬੰਦੇ ਆਪਣੇ ਇੱਧਰ ਬੰਦੇ ਬਾਬੇ ਸਾਡੇ ਨਾ ਗੁੱਸੇ ਹੋਈ ਜਾਂਦੇ ਆ ਤੇ ਨਾਲ ਸਾਡੇ ਨਾਲ ਵੀ ਗੱਲਾਂ ਕਰਾਓ ਤੇ ਆ ਬਾਬਿਆਂ ਨਾਲ ਵੀ ਗੱਲਾਂ ਕਰਨੀਆਂ ਬਾਬੇ ਨੇ ਜਾਂਦੇ ਅਸੀਂ ਉੱਠ ਕੇ ਚੱਲੇ ਜੇ ਵੀਡੀਓ ਦਿਖਾ ਲਓ ਭਾਨੇ ਦੀ ਕਰੋ ਦਿਲ ਵੀ ਕਰਦੇ ਆ ਨਾ ਸਾ ਢਿੱਲੂ ਬੈਠਾ ਅਸੀਂ ਅੰਮ੍ਰਿਤਸਰ ਦੇ ਆ ਇਹ ਅੰਮ੍ਰਿਤਸਰ ਦਾ ਤੇ ਉੱਥੋਂ ਆਪਣੀ ਰਜਾਈ ਲਿਆਣਾ ਭੁੱਲ ਗਿਆ ਜਦੋਂ ਉੱਥੋਂ ਆਏ ਨਾ ਇਹ ਆਪਣੀ ਰਜਾਈ ਨਹੀਂ ਲੈ ਗਿਆ ਤੇ ਹੁਣ ਇੱਥੇ ਰਜਾਈ ਪੂਰੀ ਹਾਂਜੀ ਇਹ ਹੁਣ ਇਹਦੇ ਰਜਾਈ ਪੂਰੀ ਕੋਈ ਨਹੀਂ ਆਉਂਦੀ ਅੱਛਾ 16 ਦਰਵਾਜ਼ਿਆਂ ਤੋਂ ਇਲਾਵਾ ਨਾ ਉਹ ਉਹਦੇ ਚ ਉਹ ਸਮਾਨ ਪਿਆ ਦਿਖਦਾ ਹੋਣਾ ਉਹ ਨੁੱਕਰ ਦੇ ਵਿੱਚ ਨਾ ਉਹ ਨੁੱਕਰ ਦੇ ਵਿੱਚ ਸਮਾਨ ਪਿਆ ਉਹ ਮਿਸਤਰੀ ਦੇ ਹੱਥ ਵੱਢਣੇ ਸੀ ਉਹ ਸਾਡੇ ਹੱਥੀ ਨੀ ਆਇਆ ਦੌੜ ਗਿਆ ਸਪੀਡਾਂ ਦੀ 12 ਤਰੀਕ ਕਿਸੇ ਹੋਰ ਦੀ ਨਾ ਬਣਾ ਦੇ ਬਾਈ ਯਕੀਨ ਕਰੀ ਮੈਨੂੰ ਇੰਨੀ ਖੁਸ਼ੀ ਹੋ ਰਹੀ ਆ ਨਾ ਤੇਰੇ ਨਾਲ ਮੇਰੀ ਗੱਲ ਹੋ ਰਹੀ ਆ ਤੈਨੂੰ ਜਿੰਦਿਆਂ ਦੇਖਿਆ ਲਾਈਵ ਦੇਖਿਆ ਹੋਰ ਰੱਬ ਤੋਂ ਕੀ ਲੈਣਾ ਬਾਈ ਚਲੋ ਠੀਕ ਹੈ ਭਾ ਤੁਸੀਂ ਕਰੋ ਕੰਮ ਪਹਿਲਾਂ ਤਾਂ ਬਾਈ ਨਾਸਰ ਉਹ ਨੀ ਕਹਿੰਦੇ ਸੀ ਕੱਲੇ ਹੁਣ ਤਾਂ ਮੈਂ ਮਹਿਮਾਨ ਆਇਆ ਤੁਹਾਡਾ ਚਾਹ ਮੁੰਡਾ ਤਾਂਦਲੇ ਚਲਾ ਗਿਆ ਲੈਣ ਜਿਆਦਾ ਜਿਹੜੀ ਮੈਂ ਮਠਿਆਈ ਲੈਂਦੀ ਉਹ ਵੀ ਨਾਲ ਲੈ ਇਹਨੂੰ ਨਾ ਬਾਕੀ ਸਾਰੇ ਕਲਚਰ ਦਾ ਪਤਾ ਇਹਨੂੰ ਇਸ ਰਿਵਾਜ ਦਾ ਨੀ ਪਤਾ ਜਦੋਂ ਕਿਸੇ ਕੋਲ ਜਾਈਦਾ ਕੋਈ ਫਰੂਟ ਕੋਈ ਮਠਿਆਈ ਲੈ ਦੱਸੋ ਕੋਈ ਨਹੀਂ ਨਹੀਂ ਇਹ 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 ਇੱਕ ਚੀਜ਼ ਲੈ ਕੇ ਆਉਂਦੇ ਆ ਜਦੋਂ ਕਿਤੇ ਜਾਂਦੇ ਆ ਇਹ ਨਾਲ 2000 ਮਹਿਮਾਨ ਹੋਰ ਲੈ ਕੇ ਆਉਂਦੇ ਫਿਰ ਕੋਈ ਐਸੀ ਜ਼ਰਬ ਤਕਸੀਮ ਦਿੱਤੀ ਹੋਈ ਹੈ ਨਾ ਜੀ ਮਹੀਨਾ ਘਰੇ ਰੋਟੀ ਨੀ ਖਾਧੀ ਐਸਾ ਕੋਈ ਟਾਈਮ ਟੇਬਲ ਸੈੱਟ ਕੀਤਾ ਮਹੀਨਾ ਹੋ ਗਿਆ ਸ਼ਡਿਊਲ ਬੜਾ ਬੀਜੀ ਇਹ ਰਿਵਾਜ ਪੁਰਾਣਾ ਸੀ ਭਾਈ ਜਦੋਂ ਪਰਾਹੁਣੇ ਆਉਂਦੇ ਸੀ ਨਾ ਐਡਾ ਡੱਬਾ ਜਲੇਬੀਆਂ ਦਾ ਮਠਿਆਈ ਦਾ ਹੁੰਦਾ ਜਾਂ ਫਰੂਟ